ਸਾਹ ਦੋਸਤੋ ਭਾਰਤੀ ਮੌਸਮੀ ਪਾਕ ਦੀ ਸਥਿਤੀ ਦੇ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ 17 ਨਵੰਬਰ 2022 ਤੱਕ ਦਾ ਮੌਸਮ ਕਿਸ ਤਿੱਕਾ ਰਹੇਗਾ ਦੇਖੋ ਪੱਛਮੀ ਡਿਸਟਰਬੈਂਸ ਆ ਚੁੱਕਾ ਹੈ ਜਿਹੜਾ ਕਿ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਇਸ ਦੇ ਕਰਕੇ ਪਾਕਿਸਤਾਨੀ ਪੰਜਾਬ ਦੇ ਉੱਪਰ ਵਰਖਾ ਸ਼ੁਰੂ ਹੋ ਚੁੱਕੀ ਹੈ ਪਹਾੜਾਂ ਦੇ ਉੱਪਰ ਬਰਫਬਾਰੀ ਹੋ ਚੁੱਕੀ ਹੈ ਲੇਕਿਨ ਸਾਡੇ ਜਿਵੇਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਉੱਤਰੀ ਜ਼ਿਲ੍ਹਿਆਂ 'ਚ ਵਰਖਾ ਹੋ ਸਕਦੀ ਹੈ ਸਾਈਕਲੋਨਿਕ ਸਰਕੂਲੇਸ਼ਨ ਇਹ ਤੁਸੀਂ ਦੇਖ ਰਹੇ ਹੋ ਕਿ ਇਸ ਜਗ੍ਹਾ ਤੱਕ ਪਹੁੰਚੇਗੀ ਤੇ ਇਹ ਨਹੀਂ ਹੈਗਾ ਕਿ ਮੀਂਹ ਬਹੁਤ ਸਾਰਾ ਏਰੀਆ ਕਵਰ ਕਰੇਗਾ ਹਲਕੀ ਵਰਖਾ ਹੈਗੀ ਹੈ ਤੇ ਕੁਝ ਕੋ ਏਰੀਆ ਹੀ ਕਵਰ ਕਰੇਗੀ ਠੀਕ ਹੈ ਤਾਂ ਮੇਨ 14 ਤਰੀਕ ਦਾ ਦਿਨ ਹੈਗਾ 14 ਤਰੀਕ ਨੂੰ ਜਿਹੜੇ ਜ਼ਿਲ੍ਹਿਆਂ ਦੀ ਆਪਾਂ ਅੱਗੇ ਗੱਲ ਕਰਾਂਗੇ ਵੀ ਉੱਥੇ ਕੋਈ ਬਜਾਈ ਕਰਨੀ ਸੋਚ ਰਿਹਾ ਤੋ ਥੋੜਾ ਜਿਹਾ ਲੋਕਲ ਵਾਦਰ ਦੇਖ ਲਵੇ ਇਸ ਤੋਂ ਬਾਅਦ ਦੇ ਵਿੱਚ ਫਿਰ 19 ਤਰੀਕ ਦੇ ਨੇੜੇ ਸਿਸਟਮ ਹੈ ਉਹ ਵੀ ਜਿਹੜਾ ਹੈਗਾ ਕੋਈ ਬਹੁਤੀ ਕਾਰਵਾਈ ਨਹੀਂ ਉਹ ਚ ਹੋਣੀ ਪਰੰਤੂ ਜਿਹੜਾ ਸਾਡੇ ਇੱਥੇ ਫਿਰ 24 25 ਦੇ ਨੇੜੇ ਆਏਗਾ ਤਾਂ ਉਹਦੇ ਵਿੱਚ ਫਿਰ ਵਰਖਾ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇਵੇਗੀ ਆਪਾਂ ਨੂੰ ਠੀਕ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖ ਲਓ ਕਿ ਪੁਰਾਣਾ ਸਿਸਟਮ ਅੱਗੇ ਨਿਕਲ ਗਿਆ ਨਵਾਂ ਸਿਸਟਮ ਆ ਚੁੱਕਾ ਹੈ ਜਿਹਦੇ ਕਰਕੇ ਕਾਫੀ ਬਦਲਵਾਈ ਹੈ ਸਾਈਕਲੋਨਿਕ ਸਰਕੂਲੇਸ਼ਨ ਪੰਜਾਬ ਦੇ ਉੱਪਰ ਆਏਗੀ ਇਹਦੇ ਕਰਕੇ ਭਾਰਤੀ ਮੌਸਮੀ ਭਾਗ ਦਾ ਇਹ ਕਹਿਣਾ ਹੈਗਾ ਹੈ ਕਿ ਇਹ ਸਿਸਟਮ ਦੇ ਨਾਲ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰਾਖੰਡ ਇਹਦਾ ਲਗਭਗ 1 ਤੋਂ ਲੈ ਕੇ 25% ਏਰੀਆ ਹੀ ਵਰਖਾ ਕਵਰ ਕਰੇਗੀ ਕਿ ਬਹੁਤ ਥੋੜਾ ਜਿਹਾ ਏਰੀਆ ਵਰਖਾ ਕਵਰ ਕਰ ਰਹੀ ਹੈ ਤੇ ਇਸੇ ਕਰਕੇ ਹੀ ਤੁਹਾਨੂੰ ਪਹਿਲਾਂ ਵੀ ਇਹਦੇ ਬਾਰੇ ਸੂਚਨਾ ਦੇ ਕੇ ਬਿਜਾਈ ਰੋਕਣ ਲਈ ਨਹੀਂ ਕਿਹਾ ਸੀਗਾ ਕਿਉਂਕਿ ਵਰਖਾ ਬਹੁਤ ਥੋੜਾ ਏਰੀਆ ਪ੍ਰਭਾਵਿਤ ਕਰੇਗੀ ਜਿਆਦਾ ਏਰੀਆ ਨੇ ਪ੍ਰਭਾਵਿਤ ਨਹੀਂ ਕਰਨਾ ਗੰਗਾ ਨਗਰ ਹਰਮਾਨਗੜ ਦੇ ਵਿੱਚ ਵੀ ਜਿਹੜਾ ਹੈਗਾ 14 ਨੂੰ ਇਕਾ ਦੁਕਾ ਥਾਵਾਂ ਤੇ ਵਰਖਾ ਹੋ ਸਕਦੀ ਹੈ ਬਸ ਫਿਰ ਇੰਨੀ ਹੀ ਗੱਲ ਹੈ ਕਿ 14 ਨੂੰ ਆਪਾਂ ਬਜਾਈ ਕਰਨ ਲੱਗੇ ਆ ਥੋੜਾ ਜਿਹਾ ਏਰੀਆ ਆਪਣਾ ਦੇਖ ਲਓ ਬਸ ਹੋਰ ਕੋਈ ਇච් ਵੱਡਾ ਨਹੀਂ ਹੈਗਾ ਇਹ ਤਾਪਮਾਨ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਸੀਗਾ ਕਿ ਥੱਲੇ ਆ ਗਏ ਇੱਕ ਵਾਰੀ ਹੁਣ ਕਿਉਂਕਿ ਇਹ ਸਿਸਟਮ ਹੈ ਇਹਦੇ ਕਰਕੇ ਮਾੜਾ ਜਿਹਾ ਫਰਕ ਪਵੇਗਾ ਦੁਬਾਰਾ ਫੇਰੇ ਥੱਲੇ ਡੇਗ ਪੈਣਗੇ ਤਾਪਮਾਨ ਜਦੋਂ ਦੁਬਾਰਾ ਫਿਰ ਹਵਾ ਬਦਲੇਗੀ ਹੁਣ ਇਹ ਦੇਖੋ ਪੰਜਾਬ ਦਾ ਮਾਝਾ ਦੁਆਬਾ ਤੇ ਪੂਰਬੀ ਮਾਲਵਾ ਇਹਦੇ ਕੋਈ 1 ਤੋਂ 25% ਢੇਰੀ ਚ ਵਰਖ ਚੰਡੀਗੜ੍ਹ ਚ ਇੱਕ ਦੋ ਥਾਂਾਂ 'ਤੇ ਵਰਖਾ ਹੋ ਸਕਦੀ ਹੈ ਉੱਤਰੀ ਹਰਿਆਣਾ 'ਚ ਇੱਕ ਦੋ ਥਾਂਾਂ 'ਤੇ ਵਰਖਾ ਹੋ ਸਕਦੀ ਹੈ ਤੇ ਜ਼ਿਆਦਾਤਰ ਏਰੀਆ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਜੇ ਤੁਸੀਂ ਦੇਖੋਗੇ ਪੰਜਾਬ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਰ ਸਹਿ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਤੇ ਇਵਨ ਕਿ ਪੋਸ਼ੇ ਸਾ ਫਰੋਈਪੁਰ ਦਾ ਜਿੱਥੇ ਇੱਕ ਤੋਂ 25% ਏਸੇ 'ਚ ਵਰਖਾ ਹੋ ਸਕਦੀ ਹੈ ਠੀਕ ਹੈ ਜ਼ਿਆਦਾਤਰ ਏਰੀਆ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਵਰਖਾ ਬਹੁਤ ਥੋੜੇ ਏਰੀਆ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਫਾਜ਼ਲਕਾ ਫਰੀਦਕੋਟ ਸ੍ਰੀ ਮਕਸਦ ਸਾਹਿਬ ਮੋਗਾ ਬਠਿੰਡਾ ਬਦਲਵਾਈ ਆਏਗੀ ਪਰੰਤੂ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਬੱਦਲ ਉਛਾਈ ਰਹਣਗੇ ਪਰੰਤੂ ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਮੌਸਮ ਖੁਸ਼ਕ ਹੀ ਬਣੇ ਰਹੇਗਾ ਰੂਪਨਗਰ ਐਸਐਸ ਨਗਰ ਦੇ ਵਿੱਚ ਇੱਕ ਦੋ ਥਾਵਾਂ ਤੇ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ ਜ਼ਿਆਦਾਤਰ ਏਰੀਆ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਚੰਡੀਗੜ੍ਹ ਦੇ ਵਿੱਚ 14 ਤਰੀਕ ਨੂੰ ਹਲਕੀ ਫੁਲਕੀ ਵਰਖਾ ਹੈ ਤੇ ਹਰਿਆਣਾ ਦੀ ਗੱਲ ਕਰਾਂਗੇ ਪੰਚਕula ਅੰਮ੍ਰਾਲਾ ਯਮੁਨਾ ਨਗਰ ਕੋਰ ਖੇਤਰ ਇਦੇ 1 ਤੋਂ 25% ਏਰੀਆ 'ਚ ਹਲਕੀ ਵਰਖਾ ਠੀਕ ਇਹ ਕੈਥੜ ਕਰਨਾਲ ਮਹਿੰਦਰਗੜ ਰਵਾਰੀ ਜੱਜਰ ਗੁਰੂਗਰਾਹ ਮਿਵਾਤ ਪਲਵਕ ਫਰੀਦাবাদ ਰੋहतक ਸੋਨੀਪਤ ਪਾਣੀਪਤ ਸਰਸਾ ਫਤਿਆਬਾਦ ਹਸਾਰ ਜੀਨ ਬਿਵਾਨੀ ਚੱਕੀਦਾ ਦੀ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਕੋਈ ਬਹੁਤੀ ਜਿਹੜਾ ਹੈਗਾ ਸੰਭਾਵਨਾ ਨਹੀਂ ਹੈਗੀ ਰਾਜਸਥਾਨ ਦੀ ਗੱਲ ਕਰੋਗੇ ਤਾਂ ਗੰਗानगर ਪੀਕਨ ਦੇ 1-2 ਥਾਵਾਂ ਦੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ ਜ਼ਿਆਦਾਤਰ ਏਰੀਆ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਜੰਮੂ ਦੇ ਵਿੱਚ 14 ਨੂੰ ਵਰਖਾ ਹੋ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਮਾਮੂਲੀ ਇਜਾ ਜਿਹੜਾ ਹੈਗਾ ਕਿਤੇ ਵਰਖਾ ਹੋਵੇ ਤਾਂ ਹੋਵੇ ਨਹੀਂ ਤਾਂ ਜ਼ਿਆਦਾਤਰ ਏਰੀਆ ਜਿਹੜਾ ਹੈਗਾ ਇਹਦਾ ਵੀ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਇਹ ਵਰਖਾ ਦੀ ਸੰਭਾਵਨਾ ਨਾ ਮਾਤਰ ਨਹੀਂ ਨਾ ਮਾਤਰ ਠੀਕ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਠੀਕ ਤਾਂ ਫਿਰ ਇਹ ਜਿਹੜਾ ਸਿਸਟਮ ਹੈਗਾ ਇਹ ਜਿਵੇਂ ਆਇਆ ਹੈ ਇਸੇ ਤਰੀਕੇ ਦੇ ਨਾਲ ਅੱਗੇ ਇਹ ਲੰਘ ਜਾਣਾ ਹੈ ਇਹਦੇ ਵਿੱਚ ਭਾਵੇਂ ਕਿ ਜੇ ਅਸੀਂ ਇੱਕ ਮੋਟਾ-ਮੋਟਾ ਦੇਖਦੇ ਹਾਂ ਤਾਂ ਕੁਝ ਏਰੀਆ ਦੇ ਵਿੱਚ ਹੀ ਵਰਖਾ ਦਿਖਾਈ ਦਿੰਦੀ ਹੈ ਜਿਹੜੀ ਕਿ ਜੇ ਅਸੀਂ ਇੱਥੇ ਦੇਖਾਂਗੇ ਜਿਵੇਂ ਮੈਂ ਉੱਥੇ ਸਟਾਪ ਕਰਦਾ ਤਾਂ ਫਿਰੋਜ਼ਪੁਰ ਤੋਂ ਲੈ ਕੇ ਇਹ ਉੱਪਰ ਨੂੰ ਜਿਹੜੀ ਜਗ੍ਹਾ ਜਾਂਦੀ ਹੈ ਇੱਥੇ ਕੁਝ ਏਰੀਆ ਚ ਵਰਖਾ ਹੋ ਸਕਦੀ ਹੈ ਠੀਕ ਹੈ ਫਿਰੋਜ਼ਪੁਰ ਜਲੰਧਰ ਕਪੂਰਥਲਾ ਤੋਂ ਉੱਪਰ ਨੂੰ ਹੁੰਦਾ ਹੋਇਆ ਇਹ ਫਿਆਰਪੁਰ ਸਾਈਡ ਨੂੰ ਤਾਂ ਜ਼ਿਆਦਾ ਏਰੀਆ ਪੰਜਾਬ ਦਾ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਕੁਝ ਥਾਵਾਂ ਤੇ ਹੀ ਕਦ ਕਥਾਵਾਂ ਤੇ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ ਹੁਣ ਇਹਦੇ ਵਿੱਚ ਜਿਸ ਏਰੀਏ ਦੇ ਵਿੱਚ ਸੁਪਰ ਸੀਟਰ ਵਾਲੇ ਅਧ ਵਿਚਾਲੇ ਬੈਠੇ ਐ ਉੱਥੇ ਜੇ ਵਰਖਾ ਪਏਗੀ ਤਾਂ ਹੋ ਸਕਦਾ ਉਹਨਾਂ ਨੂੰ ਫਾਇਦਾ ਹੋ ਜਾਵੇ ਠੀਕ ਐ ਪਹਾੜਾਂ ਦੇ ਉੱਪਰ برف ਫੇਰ ਚੰਗੀ ਪੈ ਰਹੀ ਐ ਇਹ ਜਿਹੜੀ ਚੰਗੀ برف ਹੈਗੀ ਐ ਇਹਦੇ ਨਾਲ ਜਿਵੇਂ ਹੀ ਇਹ ਸਿਸਟਮਾਂ ਬੜੀ ਤੇਜ਼ੀ ਦੇ ਨਾਲ ਅੱਗੇ ਵਧਦਾ ਪਿਆ ਐ ਇਹਨੇ ਬੜੀ ਤੇਜ਼ੀ ਦੇ ਨਾਲ ਅੱਗੇ ਨਿਕਲ ਜਾਣਾ ਜਿਵੇਂ ਤੁਸੀਂ ਦੇਖ ਰਹੇ ਹੋ 14 ਤੇ ਹੈਗਾ ਤੇ ਜਦੋਂ ਅੱਗੇ 15 ਨੂੰ ਆਏਗਾ ਇਹ ਗਾਂਹ ਦੀਆਂ ਭੱਜੇਗਾ ਤਾਂ ਓਵੇਂ ਤੇਜ਼ੀ ਨਾਲ ਭੱਜੇਗਾ ਉਸ ਤੋਂ ਬਾਅਦ ਫੇਰ ਦੁਬਾਰਾ ਪਹਾੜਾਂਲੇ ਪਾਸੇ ਠੰਡੀਆਂ ਹਵਾਵਾਂ ਆਉਣਗੀਆਂ ਤੇ ਤਾਪਮਨ ਦੁਆਰਾ ਫੇਰ 10 ਡਿਗਰੀ ਤੋਂ ਥੱਲੇ ਆ ਜਾਣਗੇ ਇੱਕ ਵਾਰੀ ਫੇਰ 18 19 ਦੇ ਨੇੜੇ ਇਹ ਕੁਝ ਗੜਬੜ ਹੋਏਗੀ ਲੇਕਿਨ ਉਸ ਤੋਂ ਬਾਅਦ ਦੇ ਵਿੱਚ ਫੇਰ ਦੁਬਾਰਾ ਇਹ ਮੌਸਮ ਠੀਕ ਹੋ ਜਾਏਗਾ ਕੋਈ ਬਹੁਤੀ ਸੰਭਾਵਨਾ ਨਹੀਂ ਕੋਈ ਕਾਤੁੱਕਾ ਸਾ ਮਤਲਬ ਮੀਂਹ ਪਈ ਤਾਂ ਪੈ ਜੇ ਫਿਰ 24 25 ਦੇ ਨੇੜੇ 24 25 ਨਵੰਬਰ ਦੇ ਨੇੜੇ ਉਸ ਦੇ ਵਿੱਚ ਸੰਭਾਵਨਾ ਬਣਦੀ ਹੈ ਕਿ 24 25 ਦੇ ਨੇੜੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵਰਖਾ ਹੋ ਸਕਦੀ ਹੈ ਫਿਰ ਜਿਵੇਂ ਅਗੇ ਭਾਰਤੀ ਮੌਸਮ ਵਿਭਾਗ ਸਾਹਿਬ ਨਾਲ ਤੁਹਾਨੂੰ ਮੌਸਮ ਦੇ ਬਾਰੇ ਪਤਾ ਚੱਲੇਗਾ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਇਹਦੇ ਵਿੱਚ ਸਿਰਫ ਇੰਨਾ ਹੀ ਕਵਾਂਗਾ ਕਿ 14 ਤਰੀਕ ਨੂੰ ਇਕਾਦੁਕਾ ਥਾਂ ਤੇ ਵਰਖਾ ਦੀ ਸੰਭਾਵਨਾ ਹੈ ਤੇ ਆਪਣਾ ਲੋਕਲ ਵੈਦਰ ਦੇਖ ਕੇ ਜਿਹੜਾ ਬੰਦਾ 14 ਨੂੰ ਬਿਜਾਈ ਕਰ ਰਿਹਾ ਉਹ ਥੋੜਾ ਧਿਆਨ ਨਾ ਦੇ ਕੇ ਆਪਣਾ ਉਸ ਹਿਸਾਬ ਨਾਲ ਕਰ ਲਵੇ